इमराना का बेड़ा गर्क हो गया। उन्हें पहला 62 रुपये तेल वधा के वह सैन करके पास करके आप ही पर हो गया नवाज शरीफ शहबाज शरीफ ने अगे कर छड़िया। शहबाज शरीफ कहड़ी गल तो भैड़ा है, जो शहबाज शरीफ नवाज शरीफ की घूमत सी उदू 250 रुपये किलो घ्यो से 550 रुपये किलो घ्यो मिलता पाया। यह बेड़ा गर्क हो जाए तो बच्चे मर जाए। ਕੜਦੀਆਂ ਨੇ ਆ ਕੇ ਬੋਲਦੀਆਂ ਨੇ ਕਿ ਆਏ ਦਿਨ ਤੁਹਾਡਾ ਕਿਰਾਇਆ ਵਧਾਉਂਦਾ, ਹਲਕੇ ਕਿ ਕਿਰਾਏ ਦਾ ਇਹ ਹਿਸਾਬ ਤਾਂ 10 ਰੁਪਏ ਉਹਨਾਂ ਕਿਰਾਇਆ ਵਧਾਇਆ, 10 ਰੁਪਏ ਕਿਰਾਇਆ ਵਧਾਉਣ ਦੀ ਵਜ੍ਹਾ ਤੋਂ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਪੈਂਦੀਆਂ ਨੇ ਔਰ ਦਲੀਲੋ ਖਾਰ ਹੁੰਦੇ ਨੇ। ਬੇੜਾ ਗਰਕ ਤਾਂ ਸਾਡੇ ਗਰੀਬਾਂ ਦਾ ਹੁੰਦੇ ਆ, ਨਾ ਕਾਰੋਬਾਰ ਨਾ ਕੋਈ ਬੱਚਿਆਂ ਲਈ ਤੇ ਨਾ ਕੋਈ ਘਰ ਨਾ ਕੋਈ ਬਾਹਰ। ਆ ਸਵੇਰ ਦੇ ਨਿਕਲੇ ਆ 5 ਵਜੇ ਤੇ ਘਰੋਂ ਤੇ ਹੁਣ ਇੱਕ ਫੇਰਾ ਲੱਗਣ ਦੇ ਆ। ਬਹੁਤ ਬੜੇ ਜ਼ਲੀਲ ਹੋਏ ਆ ਭਾਈ, ਬਹੁਤ ਜ਼ਲੀਲ ਹੋਏ ਆ, ਮਹਗਾਈ ਬਹੁਤ ਹੈ, ਬੱਚੇ ਪਰੇਸ਼ਾਨ ਨੇ। ਗਰੀਬ ਲੋਕਾਂ ਕੋਲੋਂ ਤੇ ਆਪਣਾ ਜਿਹੜਾ ਟੱਕ ਹੋਈ ਨਹੀਂ ਪੂਰਾ ਹੁੰਦਾ ਪਿਆ ਤੇ ਪੈਟਰੋਲ ਪੁਆ ਕੇ ਮਜ਼ਦੂਰੀ ਤੇ ਕਿਸ ਤਰ੍ਹਾਂ ਜਾਂਦੇ। ਜਦੋਂ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਦੀ ਹਕੂਮਤ ਸੀ ਉਦੋਂ ਗਰੀਬ ਵੀ ਸੁਖੀ ਸਨ, ਸਾਰੇ ਬੰਦੇ ਸੁਖੀ ਹਨ। ਸੜਕਾਂ ਵੀ ਬੰਦੀਆਂ ਹਨ, ਗਲੀਆਂ ਵੀ ਬੰਦੀਆਂ। ਇਹਨਾਂ 4 ਸਾਲਾਂ 'ਚ ਕੋਈ ਸੜਕ ਨਹੀਂ ਬਣਾਈ, ਕੋਈ ਗਲੀ ਨਹੀਂ ਬਣਾਈ, ਕੋਈ ਮੱਲਾ ਨਹੀਂ ਬਣਾਇਆ। ਆਪ ਗਾਲਾਂ ਖਾਂਦੇ ਆ, ਫਿਰ ਝੱਕਾ ਖਾਂਦੇ ਆ, ਲੋਕਾਂ ਕੋਲ ਪਿਸਤੌਲ ਨਹੀਂ ਆ। ਉਹ ਸਰ ਗੱਲ ਇਹ ਵੇ ਕਿ ਇਮਰਾਨਾਂ ਦਾ ਬੇੜਾ ਗਰਕ ਹੋ ਗਿਆ। ਉਹਨੇ ਪਹਿਲਾਂ 62 ਰੁਪਏ ਤੇਲ ਵਧਾ ਕੇ ਉਹਦਾ ਸੈਨ ਕਰਕੇ ਪਾਸ ਕਰਕੇ ਆਪ ਹੀ ਪਰਾਂ ਹੋ ਗਿਆ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਨੂੰ ਅੱਗੇ ਕਰ ਛੜਿਆ। ਸ਼ਬਾਜ਼ ਸ਼ਰੀਫ ਕਿਹੜੀ ਗੱਲ ਤੋਂ ਭੈੜਾ, ਜਦੋਂ ਸ਼ਬਾਜ਼ ਸ਼ਰੀਫ ਨਵਾਜ਼ ਸ਼ਰੀਫ ਦੀ ਘੁੰਮਤ ਸੀ ਉਦੋਂ 250 ਰੁਪਏ ਕਿਲੋ ਘਿਓ ਸੀ, 550 ਰੁਪਏ ਕਿਲੋ ਘਿਓ ਹੁਣ ਮਿਲਦਾ ਪਿਆ। ਇਹਦਾ ਬੇੜਾ ਗਰਕ ਹੋ ਜਾਏ ਤੇ ਬੱਚੇ ਮਰ ਜਾਣ। ਇਹ ਤੇ ਇੱਕ ਰਾਤ ਜੇ ਹਕੂਮਤ ਇਹਨਾਂ ਦੀ ਹੈ ਨਾ ਇਸ ਟਾਈਮ। ਹਕੂਮਤ ਇਹਨਾਂ ਦੀ ਹੈ, ਇਹ ਕੀ ਕਰਾਂ, ਇੱਕ ਮਹੀਨਾ ਹੋਇਆ ਸਾਰਾ ਹਕੂਮਤ ਕਰਦੇ ਆ ਇਹਨਾਂ ਨੂੰ। ਠੀਕ ਹੈ, ਤੇ ਪਾਕਿਸਤਾਨ 'ਚ ਇਹ ਰਿਵਾਜ ਕਿਉਂ ਹੈ ਕਿ ਹਰ ਦਫਾ ਕਹਿੰਦੇ ਪਿਛਲੀ ਹਕੂਮਤ ਦੀ ਵਜ੍ਹਾ ਤੋਂ ਵੱਡਾ ਇਮਰਾਨ ਖਾਨ ਇਹਨਾਂ ਤੇ ਲਾਂਦਾ ਸੀ ਇਲਜ਼ਾਮ? ਨਾ 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 ਨਾ, ਇਹਨੇ ਗਲਤ ਕੀਤਾ ਇਮਰਾਨ ਖਾਨ ਨੇ। ਨਵਾਜ਼ ਸ਼ਰੀਫ ਦਾ ਕੋਈ ਗਲਤੀ ਨਹੀਂ ਹੈ, ਜਦੋਂ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਦੀ ਹਕੂਮਤ ਸੀ ਉਦੋਂ ਗਰੀਬ ਵੀ ਸੁਖੀ ਸਨ, ਸਾਰੇ ਬੰਦੇ ਸੁਖੀ ਹਨ। ਸੜਕਾਂ ਵੀ ਬੰਦੀਆਂ ਹਨ, ਗਲੀਆਂ ਵੀ ਬੰਦੀਆਂ। ਇਹਨਾਂ 4 ਸਾਲਾਂ 'ਚ ਕੋਈ ਸੜਕ ਨਹੀਂ ਬਣਾਈ, ਕੋਈ ਗਲੀ ਨਹੀਂ ਬਣਾਈ, ਕੋਈ ਮੱਲਾ ਨਹੀਂ ਬਣਾਇਆ। ਅੱਜ ਤੇ ਇਮਰਾਨ ਖਾਨ ਦੀ ਹਕੂਮਤ ਇਤਜਾਜ ਕਰ ਰਹੀ ਹੈ ਪੈਟਰੋਲ ਦੇ ਖਿਲਾਫ। ਕੋਈ ਪੈਟਰੋਲ ਦੇ ਖਿਲਾਫ ਤਾਂ ਅੱਜ ਨਹੀਂ ਹੈ, ਕੋਈ ਕਰਨਾ ਨਹੀਂ ਕਿਸੇ ਨੇ ਵੀ। ਇਹਨਾਂ ਨੂੰ ਆਵਾਮ ਦਾ ਅਹਿਸਾਸ ਹੈ, ਮੌਜੂਦਾ ਹਕੂਮਤ ਨੂੰ ਮੌਜੂਦਾ ਹਕੂਮਤ ਨੂੰ ਆਵਾਮ ਦਾ ਅਹਿਸਾਸ ਹੈ, ਪਰ ਇਹ ਪਹਿਲਾਂ ਸਹਿਣ ਕਰ ਗਿਆ ਸਾਰਾ ਕੁਝ ਕਰਕੇ ਐਗਰੀਮੈਂਟ ਕਰਕੇ, ਫਿਰ ਇਹਨੇ ਅਗਲਿਆਂ ਨੂੰ ਡਾ ਤੱਕ ਕਿ ਇਹਨਾਂ ਨੇ ਕੀਤਾ, ਇਹਨਾਂ ਨੇ ਕੱਖ ਨਹੀਂ ਕੀਤਾ। ਇਹ ਜੋ ਕਸੂਰ ਹੈ ਇਮਰਾਨ ਖਾਨ ਦਾ ਕਸੂਰ ਹੈ। ਅਸਲਾਮ ਅਲੈਕਮ। ਰਕਸ਼ੇ ਤੁਸੀਂ ਕਿਰਾਇਆ ਵਧਾਓਗੇ ਸਵਾਰੀਆਂ ਦਾ? ਕੀ ਸਾਹਮਣੇ ਜਨਾਬ ਗਾਲਾਂ ਖਾਂਦੇ ਆ, ਫਿਰ ਝਟਕਾ ਖਾਂਦੇ ਆ, ਲੋਕਾਂ ਕੋਲ ਪਿਸਤੌਲ ਨਹੀਂ ਆ। ਫਿਰ ਹੁਣ 211 ਰੁਪਏ ਲੀਟਰ ਲੈ ਕੇ ਤੇਲ ਹੀ ਕੀ ਕਰੀਏ, ਆਹ ਖਰਚੇ ਨਹੀਂ ਗੱਡੀਆਂ ਦੇ ਪੂਰੇ ਹੁੰਦੇ, ਇੱਕ ਟਾਇਰ ਪਾਰਟ ਜੇ ਤਾਂ ਕਿੱਥੇ ਦਾ ਕਿੱਥੇ ਬੰਦਾ ਜਾ ਪੈਂਦਾ। ਹੁਣ ਸਵਾਰੀ ਕੋ 10 ਰੁਪਏ ਵੱਧ ਲੈਣੇ ਨੇ ਤੇ 10 ਗੱਲਾਂ ਸੁਣਨੀਆਂ ਨੇ। ਰੇਟ ਤੇ ਹਕੂਮਤ ਦੀ ਤਰਫੋਂ ਵੱਧਾ ਤੇ ਸਵਾਰੀ ਤੋਂ ਤਾਂ ਬੇੜਾ ਗਰਕ ਤੇ ਮਰਾੜਾਂ ਦਾ ਹੋਇਆ ਨਾ ਪਹਿਲਾਂ ਹੀ। ਅੱਛਾ, ਦੋ ਦੇ ਬਜਟ ਹੀ ਹੁੰਦੇ ਨੇ ਪੇ ਸਾਰੇ ਅੱਗੇ, ਹੋਰ ਤੇ ਨਹੀਂ ਕਿਸੇ ਦੇ ਹੁੰਦੇ ਪੇ। ਲੇਕਿਨ ਇਹ ਤੇ ਆਂਦੇ ਹਨ ਕਿ ਅਸੀਂ ਆ ਕੇ ਹਾਲਾਤ ਸਹੀ ਕਰਾਂਗੇ, ਪਰ ਹੁਣ ਯਕਦਮ ਤੇ ਭਾਜੀ ਉਹਨਾਂ ਕੋ ਵੀ ਨਹੀਂ ਹੋ ਜਾਣਾ। ਠੀਕ ਹੈ, ਕਿੱਥੇ ਜਦੋਂ ਇਹਨਾਂ ਦੀ ਹਕੂਮਤ ਗੰਜਿਆਂ ਦੀ ਗਈ ਸੀ ਕਿੱਥੇ 70 ਰੁਪਏ ਲੀਟਰ ਤੇਲ ਸੀ, ਤੇ ਕਿੱਥੇ ਹੁਣ 210 ਰੁਪਏ ਲੀਟਰ ਤੇਲ। ਗੀ ਲੈਂਦੇ ਹਾਂ ਤੇ ਉਹ ਵੀ ਸਸਤਾ ਸੀ, ਆਟਾ ਲੈਂਦੇ ਉਹ ਵੀ ਸਸਤਾ ਸੀ, ਹੁਣ ਕਿਹੜੀ ਸ਼ੈ ਲਈਏ? ਬੱਚਿਆਂ ਦਾ ਖਰਚਾ ਨਹੀਂ ਪੂਰਾ ਹੁੰਦਾ, ਕਿਰਾਏ ਦੇ ਮਕਾਨ ਨੇ ਕਿੱਥੇ ਜਾਈਏ, ਖਰਚੇ ਹਾਂ ਵੀ ਤਾਂ ਇੱਥੋਂ ਕੱਢ ਕੇ ਪੂਰੇ ਕਰਨੇ ਨੇ ਇਹਨਾਂ ਚੋਂ ਹੀ। ਨਾਲ ਆਟਾ ਵੀ ਤਾਂ ਸ਼ੁਰੂ ਕੀ ਲੱਗਦਾ ਕਿੰਨੀ ਦੇਰ ਤੱਕ ਮਹਿੰਗਾਈ ਘੱਟ ਹੋ ਸਕਦੀ ਹੈ, ਇਹਨਾਂ ਕੋਲ ਹੋ ਵੀ ਸਕਦੀ ਹੈ ਕਿ ਨਹੀਂ? ਇਹਨਾਂ ਕੋ ਵੀ ਭਾਜੀ ਅਜੇ ਕੋਈ ਟਾਈਮ ਲੱਗਣਾ, ਇਹ ਜਾ ਕੇ ਇਲੈਕਸ਼ਨਾਂ ਤੋਂ ਬਾਅਦ ਜਾ ਕੇ ਕਿਤੇ ਟਾਈਮ। ਇਮਰਾਨ ਖਾਨ ਤੇ ਅੱਜ ਇਤਜਾਜ ਕਰ ਰਿਹਾ ਪੈਟਰੋਲ ਦੇ ਖਿਲਾਫ, ਕੱਖ ਵੀ ਨਹੀਂ ਬੰਨਣਾ, ਜਿਹੜੇ ਦਾ ਬਜਟ ਆਏ ਨੇ ਉਹ ਭਾਜੀ ਕੱਖ ਵੀ ਨਹੀਂ ਬੰਨਣਾ ਉਹਨਾਂ ਦਾ, ਇਹ ਜੋ ਹੋ ਗਿਆ ਹੋ ਗਿਆ, ਹੁਣ ਹੋਰ 250 ਰੁਪਏ ਲੀਟਰ ਤੇ ਘਰੋਣਾ ਤੇ ਬਰਦਾਸ਼ਤ ਕਰਨਾ। ਹਾਲਾਤ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੇ ਗਰੀਬਾਂ ਦਾ ਹਾਲਾਤ ਮੁਸ਼ਕਲ ਨਹੀਂ ਹੋਣਗੇ? ਭਾਈ ਬੇੜਾ ਗਰਕ ਤਾਂ ਸਾਡੇ ਲੋਕਾਂ ਗਰੀਬਾਂ ਦਾ ਹੁੰਦੇ ਆ, ਉਹ ਤਾਂ ਬੈਠੇ ਨੇ ਸਕੂਨ ਦੇ ਨਾਲ, ਸਾਰੇ ਸਕੂਨ ਨਾਲ ਖਾਂਦੇ ਨੇ ਪੀਂਦੇ ਨੇ ਫਿਰ ਮੌਜਾਂ ਲੈਂਦੇ ਨੇ। ਬੇੜਾ ਗਰਕ ਤਾਂ ਸਾਡੇ ਗਰੀਬਾਂ ਦਾ ਹੁੰਦੇ ਆ, ਨਾ ਕਾਰੋਬਾਰ ਨਾ ਕੋਈ ਬੱਚਿਆਂ ਲਈ ਤੇ ਨਾ ਕੋਈ ਘਰ ਨਾ ਕੋਈ ਬਾਹਰ। ਆ ਸਵੇਰ ਦੇ ਨਿਕਲੇ ਆ 5 ਵਜੇ ਤੇ ਘਰੋਂ ਤੇ ਹੁਣ ਇੱਕ ਫੇਰਾ ਲੱਗਣ ਦੇ ਆ। ਕਿਸ ਤਰ੍ਹਾਂ ਗੁਜ਼ਾਰਾ ਕਿਸ ਤਰ੍ਹਾਂ ਕਰੋਗੇ? ਗੁਜ਼ਾਰਾ ਭਾਜੀ ਹੁਣ ਤੁਹਾਡੇ ਸਾਹਮਣੇ ਹੀ ਹੈ, ਅਸਾਂ ਤਾਂ ਇਸੇ ਤਰ੍ਹਾਂ ਹੀ ਮਾਮ ਦੇ ਟਾਂਜੇ ਕੱਢਣੇ ਨੇ, ਆਹ ਕਿੱਥੋਂ ਕੱਢਣੇ ਨੇ? ਪਰੇਸ਼ਾਨ ਨੇ, ਕਾਰੋਬਾਰ ਨਹੀਂ ਹੈ ਕੋਈ, ਤੇ ਬਹੁਤ ਮਜਬੂਰ ਹੋਈ। ਮੌਜੂਦਾ ਹਕੂਮਤ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਅਸੀਂ ਤਾਂ ਕਹਿੰਦੇ ਹਾਂ ਮਹਿੰਗਾਈ ਘੱਟ ਕਰਨ। ਹਾਂਜੀ, ਤੁਸੀਂ ਕਿਹੜੀ ਹਕੂਮਤ ਨੂੰ ਚਾਹੁੰਦੇ ਹੋ, ਇਮਰਾਨ ਖਾਨ ਦੀ ਜਾਂ ਨਵਾਜ਼ ਸ਼ਰੀਫ ਦੀ? ਅਸੀਂ ਤਾਂ ਮਿਹਨਤਦਾਰ ਬੰਦੇ ਆ, ਕੋਈ ਵੀ ਹਕੂਮਤ ਆਈਏ ਅਸੀਂ ਤਾਂ ਮਿਹਨਤ ਕਰਨੀ ਹੈ ਤੇ ਖਾਣਾ ਹੈ। ਮਜ਼ਦੂਰੀ ਨਾਲ ਵਧੇ, ਨਾਲ ਮਜ਼ਦੂਰੀ ਵੀ ਵਧੇ। ਬਹੁਤ
गरीब लोग ने गरीब लोगों को अपना जिहड़ा आटा ते दाणा आटा आटा घ्यो ही नहीं पूरा होंदा पिया ते पेट्रोल पवा के मजदूरी ते किस तरह जांदे वरना अगर वो बाबा मक्की मदनी निजाम खाने के ना चलाना होना हूं तक लोगों ने बंदे नू कटना शुरू कर देना। इस तरह के हालात हो गए हैं। बहुत सारे लोग बाबा मक्की मदनी तो खाना खा रहे हैं जिदी वजह के बितों लोग जड़े ने हजे इन्ना ज़्यादा परेशान नहीं गए। जिस दिन ये निजाम टुल पुलट ज्यों ज्यों निजाम उल्ट पुलट होएगा लोगों वास्ते बहुत ज़्यादा परेशानी में मरण का मकाम आ गया। बहुत शुक्रिया।